ਫਿਰੋਜ਼ਪੁਰ ਪੁਲਿਸ ਨੇ ਪਿਛਲੇ ਦਿਨੀ ਗੁਪਤ ਸੂਚਨਾ ਦੇ ਆਧਾਰ ਤੇ ਕ੍ਰਿਸ਼ਨ ਸਿੰਘ ਨਾਮ ਦੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕੋਲੋਂ 9 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ। ਹੁਣ ਉਸੇ ਦੀ ਨਿਸ਼ਾਨਦੇਹੀ ਤੇ ਤਰਨ ਤਾਰਨ ਦੇ BOP ਰਾਜੋਕੇ ਦੇ ਕੋਲੋਂ ਪਾਕਿਸਤਾਨ ਤੋਂ ਆਈ 2 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 10 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ। SPD ਮੁਖਤਿਆਰ ਰਾਏ ਨੇ ਕਿਹਾ ਹੈ ਕਿ ਤਸਕਰ ਕੋ ਪੁੱਛਗਿੱਛ ਜਾਰੀ ਹੈ ਅਤੇ ਇਸ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅੱਜ ਰਿਕਵਰੀ ਹੋਈ ਹੈ ਸਰ, ਕਿੰਨੀ ਰਿਕਵਰੀ ਹੋਈ ਹੈ, ਇਹ ਕਿਸ ਬੰਦੇ ਤੋਂ ਫੜੀ ਗਈ ਹੈ, ਕੀ ਸਰ ਮਾਮਲਾ? ਅੱਜ ਤੋਂ 2 ਦਿਨ ਪਹਿਲਾਂ ਇੱਕ ਕ੍ਰਿਸ਼ਨ ਸਿੰਘ ਨਾਮੀ ਅਸੀਂ ਵਿਅਕਤੀ ਫੜਿਆ ਸੀਗਾ CA ਸਟਾਫ ਦੁਆਰਾ, ਅਤੇ ਉਹ ਤੋਂ ਪੁੱਛਗਿੱਛ ਕੀਤੀ ਸੀਗੀ ਅਤੇ ਉਹਦੀ ਪੁੱਛਗਿੱਛ ਦੌਰਾਨ ਉਹਨੇ ਦੱਸਿਆ ਕਿ ਸਾਡੇ ਜ਼ਿਲ੍ਹੇ 'ਚ ਚੌਂਕੀ ਪੈਂਦੀ ਹੈ, ਕਿ ਉਸ ਏਰੀਏ ਦੇ ਵਿੱਚ 9 ਕਿਲੋ ਉਹਨੇ ਹੈਰੋਨ ਜਿਹੜੀ ਸੀਗੀ ਮੰਗਵਾਈ ਹੋਈ ਹੈ। ਉਹਦੀ ਨਿਸ਼ਾਨਦੇਹੀ 'ਤੇ ਜਦੋਂ ਅਸੀਂ 9 ਕਿਲੋ ਹੈਰੋਨ ਲੈ ਕੇ ਆਉਂਦੀ, ਜਿਹਦੇ ਸੰਬੰਧ 'ਚ ਪਹਿਲਾਂ ਹੀ ਪ੍ਰੈਸ ਕਾਨਫਰੰਸ ਕੀਤੀ ਜਾ ਚੁੱਕੀ ਆ, ਫਿਰ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਕਿ ਇਹੋ ਜਿਹੀ ਖੇਪ ਇੱਕ ਤਰਨ ਤਾਰਨ ਏਰੀਏ ਦੇ ਵਿੱਚ ਚੌਂਕੀ ਪੈਂਦੀ ਹੈ BSF ਦੀ ਰਾਜੋਕੀ, ਉਸ ਚੌਂਕੀ ਦੇ ਲਾਗੇ ਛਾਗੇ ਇਹਨੀ ਥਰੋ ਕਰਵਾਈ ਆ, ਅਤੇ ਕੱਲ੍ਹ ਇਸ ਚੀਜ਼ ਨੂੰ ਮਸ਼ਹੂਰ ਕਰਨ ਦੇ ਲਈ, ਇਨਫੋਰਮੇਸ਼ਨ ਨੂੰ ਸਹੀ ਸਾਬਤ ਕਰਨ ਦੇ ਲਈ ਮੈਂ ਸਾਡੀ CI ਦੀ ਟੀਮ, ਜਿਹੜੀ ਕਿ DSP ਸਾਡੇ ਡੀ ਮਿਸਟਰ ਢਿੱਲੋਂ, ਉਹਨਾਂ ਦੀ ਅਗਵਾਈ 'ਚ ਗਈ ਸੀਗੀ ਉੱਥੇ, ਅਤੇ BSF ਵਾਲਿਆਂ ਨੇ ਨਾਲ ਅਸਿਸਟ ਕਰਵਾ ਕੇ ਉੱਥੋਂ ਅਸੀਂ ਇਹ ਲਗਭਗ 2 ਕਿਲੋ ਦੇ ਕਰੀਬ ਹੈਰੋਨ ਇੰਡੀਆ ਰਿਕਵਰ ਕੀਤੀ ਹੈ। ਅਤੇ ਇਹ ਜਿਹੜੀ ਰਿਕਵਰੀ ਆ, ਜਿਹੜਾ ਅਸੀਂ ਦੋਸ਼ੀ ਕ੍ਰਿਸ਼ਨ ਸਿੰਘ ਫੜਿਆ ਹੋਇਆ ਉਹਦੀ ਨਿਸ਼ਾਨਦੇਹੀ 'ਤੇ ਹੋਈ। ਸਰ, ਹੋਰ ਵੀ ਅੱਗੋਂ ਬਰਾਮਦ ਹੋਈ ਹੈ, ਜਿਹਦੇ ਪਹਿਲੇ ਕੋਈ ਹੋਰ ਵੀ ਪਰਚਾ ਦਰਜ ਹੈਗਾ? ਨਹੀਂ, ਇਹਦੇ 'ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ, ਬਾਕੀ ਇਹਦੀ ਹੁਣ ਅੱਜ ਅਸੀਂ ਪੁੱਛਗਿੱਛ ਕਰਾਂਗੇ ਹੋਰ ਡਿਟੇਲ ਦੇ ਵਿੱਚ ਜਾ ਕੇ। ਸਾਨੂੰ ਆਸ ਆ ਕਿ ਇਸ ਨੈਕਸਸ ਦੇ ਵਿੱਚ ਹੋਰ ਕਿਹੜੇ ਬੰਦੇ ਜੁੜੇ ਹੋਏ ਆ, ਉਹ ਅਸੀਂ ਲੈ ਕੇ ਆਵਾਂਗੇ ਅਤੇ ਵੱਧ ਤੋਂ ਵੱਧ ਹੋਰ ਟਰੇਸ ਕਰਾਂਗੇ। ਸਰ, ਜਿਹੜੀ 9 ਕਿਲੋ ਹੈਰੋਇਨ ਫੜੀ ਗਈ ਸੀਗੀ, ਉਹ ਕਿੱਥੇ ਪਹੁੰਚਾਉਣੀ ਗਏ ਸੀ, ਕਿਉਂਕਿ ਇਨਵੈਸਟੀਗੇਸ਼ਨ ਤੁਹਾਡੀ ਪੂਰੀ ਹੋ ਚੁੱਕੀ ਹੈ? ਨਹੀਂ, ਹਾਲੇ ਇਹ ਚੀਜ਼ਾਂ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਹਾਂ, ਜਦੋਂ ਵੀ ਪੁੱਛਗਿੱਛ ਦੇ ਵਿੱਚ ਚੀਜ਼ਾਂ ਆਈਆਂ ਬਕਾਇਦਾ ਅਸੀਂ ਤੁਹਾਡੇ ਧਿਆਨ 'ਚ ਲਿਆਵਾਂਗੇ। ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, ਪੰਜਾਬ ਟੂਡੇ।